ਲਾਇਨ ਕਲੱਬ ਲੁਧਿਆਣਾ ਊਧਮ ਸਿੰਘ ਨਗਰ ਵੱਲੋਂ ਅੱਜ ਹੋਮਿਓਪੈਥਿਕ ਮੈਡੀਸਨ ਅਸੀਂ ਇੱਥੇ ADC ਸਾਹਿਬ ਨੂੰ ਦੇ ਕੇ ਚੱਲੇ ਹਾਂ, ਜਿਹੜੀ ਕਿ ਅਪਰੋਕਸੀਮੇਟਲੀ 19,000 ਦੇ ਡੋਜ਼ ਅਤੇ 19,000 ਮੈਡੀਸਨ ਹੈ ਜਿਹੜੀ ਅਸੀਂ ਡੋਜ਼ ਦੇ ਕੇ ਚੱਲੇ ਹਾਂ। ਇਹ ਡੋਜ਼ ਹਰ ਰੋਜ਼ ਹਰ ਪਰਸਨ ਨੇ ਇੱਕ ਡੇਅਰੀ ਦਾ ਲੈਣਾ, 3 ਦਿਨ ਵਾਸਤੇ ਡੋਜ਼ ਲੈਣੇ ਹੈ। ਅਤੇ ਇਹ ਜਿੰਨੀ ਮੈਡੀਸਨ ਹੈਗੀ ਹੈ ਪਲਾਇੰਟ ਪਾ ਵੱਲੋਂ ਸ਼੍ਰੀ ਕਿਸ਼ੋਰ ਰਾਮ ਜੀ ਵੱਲੋਂ ਇਹ ਮੈਡੀਸਨ ਦਿੱਤੀ ਜਾ ਰਹੀ ਹੈ, ਅਸ਼ੋਕਾ ਟਾਈਮ ਵੱਲੋਂ ਦਿੱਤੀ ਜਾ ਰਹੀ ਹੈ। ਅਤੇ ਮੈਡੀਸਨ ਦਾ ਜਿਹੜਾ ਇਹ ਪਰਪਜ ਹੈਗਾ, ਇਹਦੇ ਨਾਲ ਹਰ ਇੱਕ ਆਦਮੀ ਨੂੰ ਇਮਿਊਨਿਟੀ ਪੈਦਾ ਹੁੰਦੀ ਹੈ, ਪ੍ਰੋਫੈਕਟਿਕ ਦਾ ਕੰਮ ਵੀ ਕਰਦੀ ਹੈ। ਹੋਮਿਓਪੈਥਿਕ ਮੈਡੀਸਨ ਜਿਹੜੀ ਹੈਗੀ ਹੈ ਇਹ ਬਹੁਤ ਸਾਰੇ ਥਾਂ ਲੋਕ ਕਈ ਢੰਗ ਨਾਲ ਯੂਜ ਕਰ ਰਹੇ ਹੈ। ਇਹ ਮੈਡੀਸਨ ਜਿਹੜੀਆਂ ਹੈਗੀਆਂ ਜਿੰਨੀਆਂ ਵੀ ਹੈ ਬਹੁਤ ਹੀ ਇਫੈਕਟਿਵ ਹੈਗੀਆਂ। ਅਤੇ ਇਸ ਚੀਜ਼ ਨਾਲ ਅਸੀਂ ਪੁਲਿਸ ਡਿਪਾਰਟਮੈਂਟ ਜਿਹੜਾ ਕਿ ਦਿਨ ਰਾਤ ਸੇਵਾ ਕਰ ਰਿਹਾ ਹੈਗਾ, ਉਹਨਾਂ ਵਾਸਤੇ ਇਹ ਮੈਡੀਸਨ ਦਿੱਤੀ ਹੈ ਤਾਂ ਜੋ ਕੀ ਹੈ ਕਿ ਉਹ ਜੇ ਠੀਕ ਹੋਣਗੇ ਤਾਂ ਉਹ ਸਹੀ ਢੰਗ ਨਾਲ ਸੇਵਾ ਕਰ ਸਕਦੇ ਆ। ਮੈਂ ਡਾਕਟਰ ਵਿਪਿਨ ਗੁਪਤਾ, ਅੱਜ ਅਸੀਂ CP ਸਾਹਿਬ ਦੀ ਇੰਸਟਰਕਸ਼ਨ ਦੇ ਅਕੋਰਡਿੰਗ ਹੋਮਿਓਪੈਥੀ ਮੈਡੀਸਨ ਪ੍ਰਵੈਂਟਿਵ ਮੈਡੀਸਨ ਅਗੇਂਸਟ ਕਰੋਨਾ ਵਾਇਰਸ ਦੇ ਸਟਾਫ ਦੇ ਲਈ ADCP ਸਾਹਿਬ ਡਾਕਟਰ ਸਚਿਨ ਗੁਪਤਾ ਜੀ ਨੂੰ ਹੈਂਡਓਵਰ ਕੀਤੀ। ਇਸ ਮੈਡੀਸਨ ਦਾ ਸਭ ਤੋਂ ਬੜਾ ਜਿਹੜਾ ਬੈਨੀਫਿਟ ਹੈ ਕਿ ਮੈਡੀਸਨ ਇੱਕ ਇਮਿਊਨਿਟੀ ਬੂਸਟਰ ਪਲੱਸ ਇੱਕ ਪ੍ਰਵੈਂਟਿਵ ਮੈਡੀਸਨ ਹੈ ਕਰੋਨਾ ਦੇ। ਇਹਦੀ ਮੈਡੀਸਨ ਦੀ ਡੋਜ਼ ਐਜ਼ ਪਰ CCRH ਗਾਈਡਲਾਈਨਸ ਦੇ ਅਕੋਰਡਿੰਗ ਸਵੇਰੇ 3 ਦਿਨ ਖਾਲੀ ਪੇਟ ਇੱਕ ਇੱਕ ਡੋਜ਼ ਲੈਣੀ, ਜਿਸ ਦੇ ਨਾਲ ਕੀ ਹੈ ਕਿ ਪੇਸ਼ੈਂਟ ਦੇ ਸਰੀਰ ਵਿੱਚ ਕਾਫੀ ਜ਼ਿਆਦਾ ਇਮਿਊਨਿਟੀ ਬੂਸਟਅਪ ਹੋ ਜਾਂਦੀ ਔਰ ਉਹਨੂੰ ਕਰੋਨਾ 'ਚ ਲੜਨ ਲਈ ਬਹੁਤ ਜ਼ਿਆਦਾ ਹੈਲਪ ਹੁੰਦੀ। ਇਹ ਸਾਰਾ ਪ੍ਰੋਜੈਕਟ ਲਾਇੰਸ ਕਲੱਬ ਲੁਧਿਆਣਾ ਦੇ ਅੰਡਰ ਚੱਲ ਰਿਹਾ। ਸੋ ਅਸੀਂ ਉਮੀਦ ਕਰਦੇ ਹਾਂ ਕਿ ਜੇ ਫਰਦਰ ਸਾਨੂੰ ਕਿਸੇ ਵੀ ਤਰ੍ਹਾਂ ਦੀ ਹੋਰ ਮੈਡੀਸਨ ਲਈ ਇਹ ਪੁਲਿਸ ਲਾਈਨ ਜਾਂ ਪੁਲਿਸ ਮਹਿਕਮਾ ਕਹੇਗਾ ਤਾਂ ਅਸੀਂ ਇਹ ਮੈਡੀਸਨ ਉਹਨਾਂ ਨੂੰ ਫਰੀ ਆਫ ਕੋਸਟ ਸਾਰੀ ਪ੍ਰੋਵਾਈਡ ਕੀਤੀ। ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਡਾਕਟਰ ਵਿਪਿਨ ਗੁਪਤਾ ਜੀ ਦਾ, ਲਾਇੰਸ ਕਲੱਬ ਦੇ ਜਿਹੜੇ ਮੈਂਬਰ ਨੇ ਹੋਮਿਓਪੈਥਿਕ ਦੀ ਅੱਜ ਦਵਾਈ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਅੱਜ ਇਹਨਾਂ ਨੇ ਸਾਡੇ 2000 ਤੋਂ ਪਲੱਸ ਟ੍ਰੈਫਿਕ ਮਾਰਸ਼ਲ ਲਈ ਹੋਮਿਓਪੈਥਿਕ ਦਵਾਈ ਹੈ ਜੋ ਕਿ ਆਪਾਂ ਨੂੰ ਇੱਕ ਐਨਰਜੀ ਦਿੰਦੀ ਹੈ ਕਰੋਨਾ ਵਰਗੀ ਵਾਇਰਸ ਬਿਮਾਰੀ ਦੇ ਨਾਲ ਲੜਨ ਵਾਸਤੇ। ਇਹਦੇ 'ਚ ਆਪਣੀ ਬਹੁਤ ਜ਼ਿਆਦਾ ਮਦਦ ਕਰਦੀ ਹੈ। ਅੱਜ ਇਹਨਾਂ ਨੇ 6000 ਤੋਂ ਵੱਧ ਮੈਡੀਸਨ ਪੰਜਾਬ ਪੁਲਿਸ ਨੂੰ, ਟ੍ਰੈਫਿਕ ਮਾਰਸ਼ਲ ਨੂੰ ਔਰ ਅਦਰ ਵਲੰਟੀਅਰ ਨੂੰ ਵੰਡੀ ਹੈ। ਇਹਨਾਂ ਨੇ ਸਾਡੇ ਹੈਂਡਓਵਰ ਕਰਤੀ ਹੈ ਅਸੀਂ ਡੋਰ ਟੂ ਡੋਰ ਪੁਆਇੰਟਾਂ ਦੇ ਉੱਤੇ ਜਾ ਕੇ ਅਲੱਗ ਅਲੱਗ ਪੁਆਇੰਟਾਂ ਦੇ ਉੱਤੇ ਅਲੱਗ ਅਲੱਗ ਸਟਾਫ ਦੀ ਡਿਊਟੀ ਲਾ ਕੇ ਸਾਰਿਆਂ ਨੂੰ ਦਵਾਈ ਵੰਡਾਂਗੇ। ਇਮਾਨਯੋਗ ਕਮਿਸ਼ਨਰ ਸਾਹਿਬ ਜੀ ਦੀ ਨੌਲੇਜ 'ਚ, ACP ਸਾਹਿਬ ਦੀ ਨੌਲੇਜ ਦੇ ਵਿੱਚ ਹੈ ਜੀ। ਇਹ ਤਾਂ ਸਾਰੀ ਸਾਰੀ ਜਿੰਨੀ ਦਵਾਈ ਹੈ ਪੰਜਾਬ ਪੁਲਿਸ ਨੂੰ ਔਰ ਟ੍ਰੈਫਿਕ ਮਾਰਸ਼ਲ ਵਲੰਟੀਅਰ ਨੂੰ ਦਿੱਤੀ ਜਾ ਰਹੀ ਹੈ। 2000 ਤੋਂ ਵੱਧ ਵਲੰਟੀਅਰ ਨੂੰ ਇਹਨਾਂ ਨੇ ਦਵਾਈ ਦਿੱਤੀ ਹੈ। ਅਸੀਂ ਸਾਰੀ ਟ੍ਰੈਫਿਕ ਪੁਲਿਸ ਵੱਲੋਂ, ਟ੍ਰੈਫਿਕ ਮਾਰਸ਼ਲ ਵੱਲੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਡਾਕਟਰ ਵਿਪਿਨ ਗੁਪਤਾ ਜੀ ਦਾ। ਧੰਨਵਾਦ ਜੀ। Subscribe to our YouTube channel News DNN by clicking the bell icon. Don't forget to like, comment and share.